ਇੰਨਾ ਮੰਗਤਰਾ ਮੰਗਾ ਜੀ। ਆਪਾਂ ਰਾਤ 12 ਵਜੇ ਦੇ ਕਰੀਬ ਰਾਤ ਨੂੰ ਦੁਕਾਨ ਬੰਦ ਕਰਕੇ ਸੁੱਤੇ ਜੀ। ਤਾਂ ਉਹ ਤੋਂ ਬਾਅਦ ਸਵੇਰੇ ਜਦੋਂ ਸਾਜਰੇ ਉੱਠੇ ਤਾਂ ਦੁੱਧ ਲੈਣ ਵਾਸਤੇ ਸਾਡੀ ਕੁੜੀ ਆਈ। ਉਹਨੇ ਜਦ ਦੇਖਿਆ ਦਰਵਾਜ਼ੇ ਦੇ ਕੁੰਡੇ ਟੁੱਟੇ ਹੋਏ ਤਾਂ ਉਹਨੇ ਮੈਨੂੰ ਠਾਲਿਆ ਜਾ ਕੇ ਕਹਿੰਦੇ ਵੀਰ ਜੀ ਐਂ ਕਰਕੇ ਆਏ ਵੀ ਦਰਵਾਜ਼ੇ 'ਚ ਕੁੰਡੀਆਂ, ਕਹਿੰਦੇ ਤੁਸੀਂ ਰਾਤ ਲਾਈਆਂ ਨਹੀਂ। ਮੈਂ ਦਮਾ ਦਮਾ ਕੇ ਜਦ ਦੇਖਿਆ ਇੱਥੇ ਕੁੰਡੀਆਂ ਦਰਵਾਜ਼ਾ ਖੁੱਲ੍ਹਿਆ ਹੋਇਆ ਤਾਂ ਇਹਦੇ ਆਪਣੀ ਜਿਹੜਾ ਜਿੰਦਾ ਤਾਂ ਤੋੜਿਆ ਹੋਇਆ ਹੈ। ਤਾਂ ਉਹਦੇ ਕਰਕੇ ਜਦੋਂ ਫਿਰ ਅੰਦਰ ਦੇਖਿਆ ਤਾਂ ਸਾਡਾ ਸਮਾਨ ਕਾਫੀ 70-80 ਹਜ਼ਾਰ ਰੁਪਏ ਦਾ ਚੋਰੀ ਹੋ ਚੁੱਕਿਆ ਤਾ ਜੀ। ਅਤੇ ਮੈਂ ਤਾਂ ਜੀ ਇੱਕ ਛੋਟਾ ਜਿਹਾ ਖੋਖਾ ਹੈ ਅਤੇ ਗਰੀਬ ਆਦਮੀ ਆ ਜੀ, ਆਪਣਾ ਦਿਹਾੜੀ ਟੱਪਾ ਕਰੀ ਜਾਈਦੀ, ਦਿਹਾੜੀ ਬਣ ਜਾਂਦੀ ਜੀ। ਚਲੋ ਦਿਹਾੜੀ ਆਪਣਾ 100-200 ਦਿਹਾੜੀ ਬਣਾ ਕੇ ਆਪਣਾ ਖਰਚਾ ਗੁਜ਼ਾਰਾ ਚਲਾਈ ਜਾਈਦਾ ਜੀ। ਕਮਰਾ ਦੇਖ ਲਓ ਅਤੇ ਆਪਣਾ ਰਾਤ ਨੂੰ ਅਸੀਂ ਜਦੋਂ ਰਿਕਾਰਡਿੰਗ ਆਪਣਾ ਕੈਮਰੇ ਦੀ ਚੈੱਕ ਕਰੀ ਜੀ, ਕੈਮਰੇ ਦੇ ਵਿੱਚ 3 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਉਹਨਾਂ ਨੇ 1 ਘੰਟਾ ਲਗਾਤਾਰ ਇੱਥੇ ਕਾਰਵਾਈ ਕਰੀ ਜੀ। ਕੀ ਗੱਲਬਾਤ ਹੋਈ, ਕਿੱਦਾਂ ਮਤਲਬ ਕੀ ਚੱਕਰ? ਇਹ ਇੱਦਾਂ ਜੀ, ਮੈਂ ਦੇਖੋ ਜੀ, ਹੁਣ ਮੈਂ ਅਤੇ ਮੇਰੀ ਘਰ ਵਾਲੀ ਦੋਨੋਂ ਜਣੇ ਅਸੀਂ ਰਲ ਕੇ ਇੱਥੇ ਆਪਣਾ ਗੁਜ਼ਾਰਾ ਕਰਦੇ ਜੀ, ਦੁਕਾਨ ਕਰਦੇ ਆ ਇਕੱਠੇ ਹੋ ਕੇ, ਚਲੋ ਆਪਣਾ ਗੁਜ਼ਾਰਾ ਚਲਾਉਂਦੇ ਆ ਜੀ। ਕਮਰੇ ਦੇਖ ਲਓ ਹੁਣ ਜਿਹੜੇ ਚੋਰ ਹੈ ਕਿੰਨਾ ਕੁ, ਜਿਹੜਾ ਕਿ ਨੁਕਸਾਨ, ਕਿੰਨਾ ਕੁ ਸਮਾਨ? 70-80 ਹਜ਼ਾਰ ਦੇ ਕਰੀਬ ਜੀ ਸਮਾਨ ਲੈ ਗਏ, ਚੱਕ ਕੇ ਮਹਿੰਗੇ ਮਹਿੰਗੇ ਸਮਾਨ ਪਏ ਜੀ ਸਾਰੀਆਂ। ਜੋ ਬੰਦੇ ਜੇਕਰ ਦੇਖਿਆ ਵੀਡੀਓ, ਕਿੰਨੇ ਬੰਦੇ ਆ ਰਹੇ? ਬੰਦੇ 2 ਆ ਰਹੇ ਆ ਜੀ ਫਿਲਹਾਲ ਤਾਂ। ਅੱਛਾ ਵੀ, ਮਤਲਬ ਉਦਾਂ ਬੰਦੇ ਜਾ ਰਹੇ ਵੀ ਹੈ? ਹਾਂਜੀ, ਵੈਸੇ ਆਲੇ ਦੁਆਲੇ ਤਾਂ ਚਲੋ ਦੁਨੀਆ ਇੱਥੇ ਤਾਂ ਲੱਗੀ ਜਾਂਦੀ, ਰਾਤ ਨੂੰ ਚੱਲੀ ਜਾਂਦਾ ਰੋਡ ਪਰ, ਜਿਹੜੇ 2 ਬੰਦੇ ਮੇਨ ਆ ਰਹੇ ਆ ਜੀ, ਇੱਕ ਦੇ ਕੋਲ ਸ਼ਾਇਦ ਅਸਲਾ ਵੀ ਆ ਜੀ, ਉਹਨੇ ਅਸਲਾ ਪਾਇਆ ਹੋਇਆ ਇੱਥੇ। ਕੀ ਕਾਰਵਾਈ ਲਿਖਾਈ ਪੁਲਿਸ ਨੇ? ਹਾਂਜੀ, ਕਾਰਵਾਈ ਸਵੇਰੇ ਰਿਪੋਰਟ ਲਿਖਾ ਕੇ ਆਏ ਆ ਜੀ। ਪੁਲਿਸ ਨੇ ਕੀ ਕਿਹਾ? ਪੁਲਿਸ ਕਹਿੰਦੇ ਜੀ ਉਹ ਇਨਕੁਆਇਰੀ ਕਰ ਰਹੇ ਆ ਜੀ, ਦੇਖਦੇ ਆ, ਕਹਿੰਦੇ ਬੁਲਾਉਂਗੇ, ਬਾਕੀ ਜੋ ਵੀ ਇਨਕੁਆਇਰੀ ਚੱਲ ਰਹੀ ਆ ਜੀ ਦੇਖਦੇ ਆ, ਕੈਮਰੇ ਵਗੈਰਾ ਦੇਖ ਰਹੇ ਆ ਜੀ। ਤੁਹਾਡੀ ਦੁਕਾਨ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ? ਜਿੰਨਾ ਮਹਿੰਗਾ ਮਹਿੰਗਾ ਹੈਗਾ ਤਾਂ ਸਾਰੀ ਖਾਲੀ ਕਰਤੀ ਦੁਕਾਨ। ਮਤਲਬ ਕਿੰਨਾ ਕੁ ਜਿਹੜਾ ਕਿ ਸਮਾਨ ਸੀਗਾ, ਕੀ ਸਮਾਨ? ਸਮਾਨ ਰੈੱਡ ਬੁਲ ਵਗੈਰਾ ਤੇ ਬੜੀਆਂ ਬੜੀਆਂ ਜਿਹੀਆਂ ਸਿਗਟਾਂ ਬੀੜੀਆਂ ਦਾ ਸਮਾਨ ਸਾਰਾ ਚੱਕ ਕੇ ਲੈ ਗਏ, ਨਮਕੀਨਾਂ ਦੀਆਂ ਲੇਸ ਤੇ ਠੰਡੇ ਠੁੰਡੇ ਵਗੈਰਾ ਸਾਰਾ ਕੁਝ ਲੈ ਗਏ। ਮਤਲਬ ਤੁਸੀਂ ਆਪ ਤੁਸੀਂ ਕੰਮ ਕਰਦੇ ਦੁਕਾਨ ਤੇ? ਹਾਂਜੀ, ਅਸੀਂ ਮੈਂ ਔਰ ਮੇਰੇ ਹਸਬੈਂਡ ਦੋਨੇ ਜਿਹੜੇ ਕੰਮ ਕਰਦੇ। ਤੇ ਮਤਲਬ ਕੀ ਗੱਲਬਾਤ ਜਿਹੜਾ ਪਤਾ ਕਰੋ ਲੋਕਾਂ ਨੂੰ? ਪਤਾ ਸਾਨੂੰ ਸਵੇਰੇ ਲੱਗਿਆ ਜੀ, ਸੁੱਤੇ ਪਏ ਤੇ ਜਾਂ ਉੱਥੇ ਕੁੜੀ ਦੁੱਧ ਲੈਣ ਗਈ, ਉਹਨੇ ਦੇਖਿਆ ਜਾਂਦਾ ਸਾਰਾ ਲੋਕ ਟੁੱਟਿਆ ਹੋਇਆ, ਤਾਂ ਅਸੀਂ ਆ ਕੇ ਦੇਖਿਆ ਜਾਂ ਸਾਰਾ ਸਮਾਨ ਚੋਰੀ ਹੋਇਆ। ਕੀ ਮੰਗ ਕਰਦਾ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ, ਸਾਰੇ ਜੇ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਵੱਧ ਤੋਂ ਵੱਧ। ਇਸ ਤਰ੍ਹਾਂ ਕਿ ਇੱਕ ਵਿਜਿੰਦਰਾ ਹਸਪਤਾਲ ਕੋਲ ਜਿਹੜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਉਹਦਾ ਸ਼ਿਕਾਇਤ ਕਰਤਾ ਕਿ ਇੱਥੇ ਰਾਤ ਸਮੇਂ ਚੋਰੀ ਹੋਈ ਹੈ, ਸਾਡੇ ਜਿਹੜਾ ਪੁਲਿਸ ਪਾਰਟੀ ਨੇ ਮੌਕਾ ਦੇਖ ਲਿਆ, CCTV ਫੁਟੇਜ ਦੇ ਆਧਾਰ ਤੇ ਸ਼ਿਕਾਰ ਦਿੱਤਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।